ਆ ਬੰਦੇ ਨੇ ਮੰਗੇ ਸੀ ਸਾਬਕਾ ਸੀਐਮ ਚੰਨੀ ਤੋਂ 2 ਕਰੋੜ ਦੇ ਰੰਗਦਾਰੀ ਜਾਨੋ ਮਾਰਨ ਦੀ ਦਿੱਤੀ ਸੀ ਧਮਕੀ। ਬੰਦਾ ਵੇਖ ਤੁਸੀਂ ਕੀ ਕਹਿਣਾ ਚਾਹੋਗੇ। ਦਰਅਸਲ ਰੂਪਨਗਰ ਪੁਲਿਸ ਨੂੰ ਕਾਮਯਾਬੀ ਮਿਲੀ ਹੈ। ਸਾਬਕਾ ਸੀਐਮ ਚੰਨੀ ਨੂੰ ਧਮਕੀ ਦੇਣ ਵਾਲਾ ਗ੍ਰਿਫਤਾਰ ਕਰ ਲਿਆ ਗਿਆ ਹੈ। ਮਹਾਰਾਸ਼ਟਰ ਦੇ ਦੀਪਕ ਸ਼੍ਰੀਮੰਤ ਵਜੋਂ ਮੁਲਜ਼ਮ ਦੀ ਪਛਾਣ ਹੋਈ ਆ। ਮੁਲਜ਼ਮ ਨੇ ਫੋਨ 'ਤੇ ਚਰਨਜੀਤ ਚੰਨੀ ਤੋਂ ਮੰਗੀ ਸੀ 2 ਕਰੋੜ ਦੀ ਰੰਗਦਾਰੀ। ਤਾਂ ਦੱਸ ਦਈਏ ਕਿ ਇਸ ਮੁਲਜ਼ਮ ਦੇ ਕੋਲੋਂ ਇੱਕ ਲੈਪਟਾਪ ਅਤੇ 2 ਮੋਬਾਈਲ ਫੋਨ ਬਰਾਮਦ ਹੋਏ ਨੇ। ਮੁਲਜ਼ਮ ਪੇਸ਼ੇ ਵਜੋਂ ਇੱਕ ਸ਼ੈੱਫ ਹੈ, ਕਾਫੀ ਪੜ੍ਹਿਆ ਲਿਖਿਆ ਹੈ। ਵੱਧ ਪੈਸੇ ਕਮਾਉਣ ਦੇ ਚੱਕਰਾਂ ਦੇ ਵਿੱਚ ਇਸ ਨੇ ਸਾਬਕਾ ਸੀਐਮ ਚੰਨੀ ਤੋਂ 2 ਕਰੋੜ ਦੀ ਰੰਗਦਾਰੀ ਮੰਗ ਲਈ, ਜਿਸ ਤੋਂ ਬਾਅਦ ਇਹ ਭੱਜਦਾ ਫਿਰ ਰਿਹਾ ਸੀ। ਪਰ ਰੂਪਨਗਰ ਪੁਲਿਸ ਇਸ ਦੇ ਪਿੱਛੇ ਲੱਗੀ ਹੋਈ ਸੀ। ਤਾਂ ਹੁਣ ਰੂਪਨਗਰ ਪੁਲਿਸ ਦੇ ਵੱਲੋਂ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਦੱਸ ਦਈਏ ਕਿ ਪਿਛਲੇ ਦਿਨੇ ਦੇ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਧਮਕੀ ਭਰਿਆ ਫੋਨ ਆਇਆ ਸੀ ਅਤੇ ਫਿਰੌਤੀ ਮੰਗੀ ਗਈ ਸੀ। ਇਸ ਚੀਜ਼ ਦਾ ਜ਼ਿਕਰ ਉਹਨਾਂ ਨੇ ਆਪਣੀ ਇੱਕ ਮਿਲਣੀ ਦੇ ਵਿੱਚ ਕੀਤਾ, ਜਿੱਥੇ ਉਹ ਲੋਕਾਂ ਦੇ ਵਿੱਚ ਵਿਚਰਦੇ ਹੋਏ ਦਿਖਾਈ ਦਿੱਤੇ। ਉਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਮੈਨੂੰ ਧਮਕੀ ਭਰੇ ਫੋਨ ਆਏ ਨੇ, 2 ਕਰੋੜ ਰੁਪਏ ਦੀ ਮੰਗ ਵੀ ਕੀਤੀ ਗਈ ਹੈ ਅਤੇ ਜਾਨੋ ਮਾਰਨ ਦੀ ਵੀ ਗੱਲ ਆਖੀ ਸੀ। ਅਤੇ ਜਿਸ ਤੋਂ ਬਾਅਦ ਰੂਪਨਗਰ ਪੁਲਿਸ ਦੇ ਵਿੱਚ ਮਾਮਲਾ ਦਰਜ ਕਰਵਾਇਆ ਗਿਆ ਅਤੇ ਰੂਪਨਗਰ ਪੁਲਿਸ ਦੀ CIA ਸਟਾਫ ਅਤੇ ਸਾਈਬਰ ਸੈੱਲ ਦੇ ਵੱਲੋਂ ਇਸ ਬੰਦੇ ਦੀ ਲੋਕੇਸ਼ਨ ਕੱਢੀ ਗਈ। ਮਹਾਰਾਸ਼ਟਰ ਦਾ ਰਹਿਣ ਵਾਲਾ ਇਹ ਬੰਦਾ ਹੈ, ਸ਼ੈੱਫ ਹੈ, ਬਤੌਰ ਆਪਣੇ ਪੇਸ਼ੇ ਤੋਂ ਸ਼ੈੱਫ ਹੈ। ਪਹਿਲਾਂ ਕੋਈ ਵੀ ਕ੍ਰਿਮੀਨਲ ਬੈਕਗ੍ਰਾਊਂਡ ਨਹੀਂ ਹੈ ਇਸਦਾ। ਘੱਟ ਸਮੇਂ ਦੇ ਵਿੱਚ ਵੱਧ ਪੈਸੇ ਕਮਾਉਣ ਦੇ ਚੱਕਰ 'ਚ ਇਸਨੇ ਆ ਕੰਮ ਕੀਤਾ ਅਤੇ ਸਾਬਕਾ CM ਚੰਨੀ ਨੂੰ ਰੰਗਦਾਰੀ ਦਾ ਫੋਨ ਮਿਲਾਇਆ ਅਤੇ ਅੱਜ ਮਾਣਯੋਗ ਅਦਾਲਤ ਦੇ ਵਿੱਚ ਇਸਨੂੰ ਪੇਸ਼ ਕਰ ਲਿਆ ਗਿਆ, ਰਿਮਾਂਡ ਹਾਸਲ ਕਰ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਪੁਲਿਸ ਲਗਾਤਾਰ ਕਰ ਰਹੀ ਹੈ। ਆਓ ਪੁਲਿਸ ਦੇ ਵੱਡੇ ਆਲਾ ਅਧਿਕਾਰੀ ਤੋਂ ਜਾਣਦੇ ਹਾਂ ਕਿ ਇਸ ਨੂੰ ਪੁਲਿਸ ਦੇ ਵੱਲੋਂ ਕਿਵੇਂ ਟ੍ਰੈਪ ਕੀਤਾ ਗਿਆ। ਆਪਨੇ ਧਮਕੀ ਦੀ ਹੈ, ਆਪਕੋ ਪਤਾ ਥਾ ਕੌਣ ਹੈ ਚਰਨਜੀਤ ਚੰਨੀ? ਪੂਰਵ ਕਹਾਂ ਕੇ ਰਹਿਣੇ ਵਾਲੇ ਹੋ ਆਪ? ਕਹਾਂ ਕੇ ਰਹਿਣੇ ਵਾਲੇ ਹੋ? ਧਮਕੀ ਦੀ ਥੀ। ਕੌਣ ਸੇ ਜ਼ਿਲ੍ਹੇ ਕੇ? ਹਾਂਜੀ, ਕੌਣ ਸੇ ਜ਼ਿਲ੍ਹਾ? ਮੁੰਬਈ। ਧਮਕੀ ਦੀ ਥੀ? ਧਮਕੀ ਦੀ ਥੀ ਆਪਨੇ? ਐਸਾ ਕੁਝ ਵੀ ਨਹੀਂ ਕਿਹਾ ਸਰ। होटल मैनेजमेंट शेयर का तूने धमकी जो दी है चरणजीत चन्नी को, पता था तेरे को कौन है वो? धमकी दी थी? धमकी सर ऐसा कुछ दिया नहीं। मैसेज किया था कोई पैसे मांगने के 2 करोड़ देने के लिए? हाँ जी किया था, ऐसा कुछ इंटेंशन नहीं था मेरा। अच्छा, किया तो मैसेज तो किया था, खाली मैसेज किया, धमकी ऐसा कुछ दिया नहीं ना। मांगे क्यों थे? प्यार नाल मांगे। पैसे किस लिए मांगे? नहीं पैसे किस काम के लिए बात किया ने? कभी कोई गैंगस्टर 2 करोड़ मांगे थे? पता लग गया कि साडे एक्स CM जेड़े हैगे चरणजीत सिंह चन्नी, ਉਹਨਾਂ ਨੂੰ ਕਿਸੇ ਬੰਦੇ ਨੇ ਥਰੈਟ ਕਾਲ ਕੀਤੀ ਹੈਗੀ ਆ ਔਰ 2 ਕਰੋੜ ਰੁਪਏ ਦੇ ਰੈਂਸਮ ਦੀ ਡਿਮਾਂਡ ਕੀਤੀ ਹੈ ਔਰ ਨਾ ਦੇਣ ਦੀ ਸੂਰਤ 'ਚ ਉਹਨਾਂ ਨੂੰ ਮਾਰਨ ਦੀ ਧਮਕੀ ਵੀ ਦਿੱਤੀ ਸੀਗੀ। ਤਾਂ ਉਸ ਸਿਲਸਿਲੇ 'ਚ ਅਸੀਂ ਜਿਹੜਾ ਹੈਗਾ ਪਰਚਾ ਦਰਜ ਕੀਤਾ ਸੀਗਾ 22 ਨੰਬਰ FIR 387-506 IPC ਦੇ ਤਹਿਤ, ਔਰ ਉਹਦੇ ਵਿੱਚ ਫਿਰ ਕਾਫੀ ਚੰਗੀ ਤਰੀਕੇ ਦੇ ਨਾਲ ਸਾਡੀ CIA ਦੀ ਟੀਮ ਨੇ, ਸਾਡੇ ਥਾਣੇ ਮੋਰਿੰਡੇ ਦੀ ਟੀਮ ਨੇ ਜਿਹੜਾ ਹੈਗਾ ਤਫਤੀਸ਼ ਕੀਤੀ ਔਰ ਉਸ ਬੰਦੇ ਨੂੰ ਆਪਾਂ ਆਈਡੈਂਟੀਫਾਈ ਕਰ ਲਿਆ ਹੈਗਾ। ਇਹ ਦੀਪਕ ਸੀਮਾਂਤ ਕਾਂਬਲੇ ਹੈਗਾ, ਰਹਿਣ ਵਾਲਾ ਹੈਗਾ ਮਹਾਰਾਸ਼ਟਰ ਦਾ ਔਰ ਇਹਨੇ ਪੜ੍ਹਾਈ ਲਿਖਾਈ ਕਾਫੀ ਕੀਤੀ, ਹੋਟਲ ਮੈਨੇਜਮੈਂਟ ਦਾ ਕੋਰਸ ਕੀਤਾ ਹੋਇਆ, ਚੰਗੇ ਹੋਟਲਾਂ 'ਚ ਇਹਨੇ ਸ਼ੈੱਫ ਦੇ ਬਤੌਰ ਵੀ ਕੰਮ ਕੀਤਾ ਹੈਗਾ, ਅੱਜ ਕੱਲ੍ਹ ਸਟਾਕ ਮਾਰਕੀਟ 'ਚ ਕੰਮ ਕਰਦਾ ਸੀਗਾ ਅਤੇ ਚੰਦ ਪੈਸਿਆਂ ਵਾਸਤੇ ਈਜ਼ੀ ਮਨੀ ਵਾਸਤੇ ਜਿਹੜਾ ਹੈਗਾ ਇਹਨੇ ਕਾਲ ਕੀਤੀ ਸੀਗੀ ਔਰ ਉਹ ਜਿਹੜੀ ਹੈਗੀ ਇਹਨੂੰ ਮਹਿੰਗੀ ਪਈ ਔਰ ਗ੍ਰਿਫਤਾਰੀ ਜਿਹੜੀ ਹੈਗੀ ਇਹਦੀ ਪੰਜਾਬ ਪੁਲਿਸ ਨੇ ਕਰ ਲਈ ਹੈਗੀ ਹੈ। ਕਿੱਥੋਂ ਗ੍ਰਿਫਤਾਰ ਹੋਇਆ? ਇਹ ਆਪਾਂ ਨਾਗਪੁਰ ਤੋਂ ਗ੍ਰਿਫਤਾਰ ਕਰਕੇ ਲਿਆਏ ਹਾਂ। ਬੈਕਗ੍ਰਾਊਂਡ ਕੀ ਹੈ? ਇਹ ਪੜ੍ਹਿਆ ਲਿਖਿਆ ਹੈ, ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੈਗਾ, ਕਾਫੀ ਪਹਿਲਾਂ ਇਹਨੇ ਨੌਕਰੀ ਵੀ ਕੀਤੀ ਹੈਗੀ ਸ਼ੈਫ ਬਤੌਰ, ਇਹਦਾ ਕੋਈ ਪੁਰਾਣਾ ਕ੍ਰਿਮੀਨਲ ਬੈਕਗ੍ਰਾਊਂਡ ਨਹੀਂ ਹੈ, ਇਹਦੇ ਮਾਤਾ ਪਿਤਾ ਦੀ ਮੌਤ ਹੋ ਚੁੱਕੀ ਹੈ
ਔਰ ਇਹਦੇ ਜਿਹੜੇ ਭਰਾ ਹੈਗੇ ਨੇ ਉਹ ਵੀ ਜਿਹੜੇ ਹੈਗੇ ਨੇ ਮਤਲਬ ਇਹਦੇ ਨਾਲ ਹੀ ਕੰਮ ਕੁੰਮ ਕਰਦੇ ਹੈਗੇ। ਇਸ ਤੋਂ ਇਲਾਵਾ ਜਿਹੜਾ ਹੈਗਾ ਹਜੇ ਇਹਦੇ ਕੋਈ ਪੁਸ਼ਟੀ ਨਹੀਂ ਹੋਈ ਹੈ, ਬਟ ਕਿਉਂਕਿ ਇਹਨੇ ਅਕਾਊਂਟ ਡਿਲੀਟ ਕਰਤਾ ਹੈਗਾ ਤਾਂ ਉਹਨੂੰ ਆਪਾਂ ਹੁਣ ਟੈਕਨੀਕਲੀ ਜਿਹੜਾ ਹੈਗਾ ਇਨਵੈਸਟੀਗੇਟ ਕਰਕੇ ਹੋਰ ਡਿਟੇਲ ਕੱਟਣ ਦੀ ਕੋਸ਼ਿਸ਼ ਕਰਾਂਗੇ ਔਰ ਕਿਹੜੇ ਬੰਦਿਆਂ ਨੂੰ ਹੋਰ ਇਹਨੇ ਥਰੈਟ ਕਾਲ ਕੀਤੀ ਹੈ ਕਿ ਕਿਹਦੇ ਕੋਲੋਂ ਫਿਰੌਤੀ ਮੰਗੀ, ਕੋਈ ਇਹਨੇ ਫਿਰੌਤੀ ਮਿਲੀ ਹੈ ਜਾਂ ਨਹੀਂ ਮਿਲੀ ਹੈ, ਉਹ ਸਾਰਾ ਕੁਝ ਆਪਾਂ ਡਿਟੇਲ ਕੱਟਣ ਦੀ ਕੋਸ਼ਿਸ਼ ਕਰਾਂਗੇ। ਸਰ ਜਿਸ ਤਰ੍ਹਾਂ ਇਹ ਜਿਸ ਤਰੀਕੇ ਨਾਲ ਇਹਨੇ ਥਰੈਟ ਦਿੱਤਾ ਜਾਂ ਪੈਸੇ ਮੰਗੇ ਆ, ਇਹਦਾ ਬਿਲਕੁਲ ਸਟਾਈਲ ਸੀਗਾ ਜਿਸ ਤਰ੍ਹਾਂ ਗੈਂਗਸਟਰ ਪੰਜਾਬ ਦੇ ਵਿੱਚ ਕੰਮ ਕਰ ਰਹੇ ਆ, ਗੈਂਗਸਟਰ ਦੇ ਨਾਲ ਵੀ ਇਹਦਾ ਕੋਈ ਸੰਪਰਕ ਹੋਇਆ ਕਿਤੇ? ਪਹਿਲੀ ਚੀਜ਼ ਤਾਂ ਮੈਂ ਦੱਸਣਾ ਚਾਹੂੰਗਾ ਕਿ ਜਿਹੜੀ ਸਾਡੀ ਇਨਵੈਸਟੀਗੇਸ਼ਨ ਹੈਗੀ ਹੈ ਉਹਦੇ ਅਨੁਸਾਰ ਜਿਹੜਾ ਹੈਗਾ ਇਹ ਗੋਲਡੀ ਬਰਾੜ ਦਾ ਨਾਂ ਕਾਫੀ ਚੁੱਕੀ ਮੀਡੀਆ ਵਿੱਚ ਹਾਈਲਾਈਟ ਹੋਇਆ ਹੈ, ਉਹਦਾ ਮਿਸਯੂਜ਼ ਲੋਕੀ ਪਹਿਲਾਂ ਵੀ ਕਰਦੇ ਰਹੇ ਹੈਗੇ ਨੇ ਔਰ ਦਿਸ ਵਾਜ ਦਾ ਕੌਜ਼ ਓਨਲੀ ਜਿਹਦੀ ਇਹਦੀ ਹੁਣ ਤੱਕ ਦੀ ਪੁੱਛਗਿੱਛ ਹੈਗੀ ਹੈ। ਇਹਨੇ ਮੰਨਿਆ ਵੀ ਹੈਗਾ ਕਿ ਗੋਲਡੀ ਬਰਾੜ ਦਾ ਨਾਂ ਮੈਂ ਕਾਫੀ ਸੁਣਿਆ ਸੀਗਾ ਪੰਜਾਬ ਵਿੱਚ ਚੱਲਦਾ ਹੈਗਾ ਅਤੇ ਇਸ ਕਰਕੇ ਉਹਦਾ ਨਾਮ ਮੈਂ ਮਿਸਯੂਜ਼ ਕੀਤਾ। ਔਰ ਦੂਜਾ ਹੈਗਾ ਇਹ ਇਹਦਾ ਮੋਡਸ ਓਪਰੈਂਡੀ ਇਹ ਸੀਗਾ ਕਿ ਨਿਊਜ਼ ਪੇਪਰ ਜਾਂ ਨਿਊਜ਼ ਵਿੱਚ ਜਿਹੜੇ ਮੀਡੀਆ ਵਿੱਚ ਲੋਕਾਂ ਦੀ ਨਿਊਜ਼ ਆਉਂਦੀਆਂ ਨੇ ਉਹਨਾਂ ਦੇ ਬਾਰੇ ਡਿਟੇਲ ਇਕੱਠੀ ਕਰਕੇ ਉਹਨਾਂ ਦੇ ਨੰਬਰ ਵਗੈਰਾ ਆਨਲਾਈਨ ਲੱਭ ਕੇ ਫਿਰ ਉਹਨਾਂ ਨੂੰ ਜਿਹੜਾ ਹੈਗਾ ਥ੍ਰੈਟ ਕਰਦਾ ਹੁੰਦਾ। ਪਤਾ ਸੀ ਵੀ ਸਾਬਕਾ ਮੁੱਖ ਮੰਤਰੀ ਬਿਲਕੁਲ ਜੀ ਪਤਾ ਸੀਗਾ ਔਰ ਤਫਤੀਸ਼ ਵੀ ਜਿਹੜੀ ਹੈਗੀ ਉਸ ਗੱਲ ਨੂੰ ਵੀ ਆਪਾਂ ਲਿਆਂਦਾ ਹੈਗਾ। ਦੇਖੋ ਜੀ ਹਜੇ ਤੱਕ ਦੀ ਤਫਤੀਸ਼ ਦੇ ਹਿਸਾਬ ਨਾਲ ਜੋ ਚੇਨ ਹੈਗੀ ਇਹਦੇ ਉੱਤੇ ਜਾ ਕੇ ਰੁਕਦੀ ਹੈਗੀ ਹੈ, ਬਟ ਹੁਣ ਇਹਦਾ ਆਪਾਂ 3 ਦਿਨ ਦਾ ਪੁਲਿਸ ਰਿਮਾਂਡ ਲੈ ਲਿਆ ਹੈਗਾ, ਹੁਣ ਅੱਗੇ ਜਿਹੜੀ ਹੈਗੀ ਫਰਦਰ ਇਨਵੈਸਟੀਗੇਸ਼ਨ ਕਰਾਂਗੇ।